ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀ ਵੀ ਪੰਜਾਬ ਅਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖ਼ਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਅਮਰੀਕਾ ਦੀਆਂ ਤਮਾਮ ਵੱਡੀਆਂ ਖ਼ਬਰਾਂ ਦੀ। ਅੰਮ੍ਰਿਤਪਾਲ ਸਿੰਘ ਦਾ ਪਾਸਪੋਰਟ ਗਾਇਬ ਹੋ ਗਿਆ, ਇਸ ਨੂੰ ਲੈ ਕੇ ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਵੀ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਜ ਅੰਮ੍ਰਿਤਪਾਲ ਸਿੰਘ ਦੇ ਨਾਲ ਕਿਹੜੇ ਨਵੇਂ ਖੁਲਾਸੇ ਸਾਹਮਣੇ ਆਏ ਨੇ ਤੁਹਾਨੂੰ ਇਸ ਖ਼ਬਰ ਵਿੱਚ ਦੱਸਾਂਗੇ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੁਲਿਸ ਵੱਲੋਂ ਨਿਤ ਨਵੇਂ ਖੁਲਾਸੇ ਕੀਤੇ ਜਾ ਰਹੇ ਨੇ। ਅੱਜ ਪੰਜਾਬ ਤੋਂ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਅਪਡੇਟਸ ਸਾਹਮਣੇ ਆਈਆਂ, ਜਿੱਥੇ ਦੱਸਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਦਿੱਲੀ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿੱਥੇ ਕੁਝ ਟੀਮਾਂ ਪਹੁੰਚ ਚੁੱਕੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਦਿੱਲੀ ਵਿੱਚ ਪੰਜਾਬ ਅਤੇ ਦਿੱਲੀ ਪੁਲਿਸ ਵੱਲੋਂ ਮਿਲ ਕੇ ਸਰਚ ਮੁਹਿੰਮ ਚਲਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ISBT ਅਤੇ ਸਰਹੱਦੀ ਇਲਾਕਿਆਂ ਵਿੱਚ ਪੁਲਿਸ ਦੀਆਂ ਟੀਮਾਂ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ। ਅਤੇ ਸੋਸ਼ਲ ਮੀਡੀਆ ਉੱਪਰ ਜੋ ਅੰਮ੍ਰਿਤਪਾਲ ਸਿੰਘ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਸੀ, ਉਸਦਾ ਸੱਚ ਵੀ ਸਾਹਮਣੇ ਆ ਚੁੱਕਿਆ। ਅੰਮ੍ਰਿਤਪਾਲ ਸਿੰਘ ਦੀ ਮੋਟਰਸਾਈਕਲ 'ਤੇ ਬੈਠਿਆ ਇੱਕ ਤਸਵੀਰ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਦਾ ਵਿਸ਼ਾ ਬਣ ਗਈ। ਹੁਣ ਇਸ ਬਾਰੇ ਖੁਲਾਸਾ ਹੋਇਆ ਹੈ ਕਿ ਮੋਟਰਸਾਈਕਲ ਪਿੱਛੇ ਬੈਠਾ ਸ਼ਖਸ ਅੰਮ੍ਰਿਤਪਾਲ ਸਿੰਘ ਨਹੀਂ ਬਲਕਿ ਸਿੱਪੀ ਧੀਮਾਨ ਹੈ। ਇਹ ਨੌਜਵਾਨ ਖੁਦ ਸਾਹਮਣੇ ਆਇਆ ਅਤੇ ਉਸ ਵੱਲੋਂ ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਅੱਜ ਅੰਮ੍ਰਿਤਪਾਲ ਸਿੰਘ ਦੇ 11 ਸਾਥੀਆਂ ਨੂੰ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ 6 ਅਪ੍ਰੈਲ ਤੱਕ ਉਹਨਾਂ ਨੂੰ ਨਿਆਇਕ ਹਿਰਾਸਤ 'ਚ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅੰਮ੍ਰਿਤਪਾਲ ਸਿੰਘ ਦੀ ਭਾਲ ਅਜੇ ਵੀ ਜਾਰੀ ਹੈ ਅਤੇ ਉਹਨਾਂ ਦੇ ਘਰੋਂ ਪਾਸਪੋਰਟ ਵੀ ਗਾਇਬ ਦੱਸਿਆ ਜਾ ਰਿਹਾ ਹੈ। ਹੁਣ ਪੁਲਿਸ ਅਧਿਕਾਰੀਆਂ ਨੇ ਸਾਰੇ ਹਵਾਈ ਅੱਡਿਆਂ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਹੈ ਅਤੇ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਪਾਸਪੋਰਟ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਨਾਲ ਰੱਖਿਆ ਹੋ ਸਕਦਾ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਪੁਲਿਸ ਕਨੈਕਸ਼ਨ ਦੇ ਸੰਬੰਧ ਵਿੱਚ ਵੀ ਕੁਝ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਦੱਸਿਆ ਜਾ ਰਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਦੂਸਰੇ ਚਾਚਾ ਸੁਖਚੈਨ ਸਿੰਘ, ਜੋ ਕਿ ਹਰਜੀਤ ਸਿੰਘ ਦੇ ਭਰਾ ਹਨ, ਉਹ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਸੇਵਾ ਨਿਭਾ ਚੁੱਕੇ ਨੇ। ਹੁਣ ਬਾਰਡਰ ਨੂੰ ਬੰਦ ਕੀਤਾ ਜਾ ਰਿਹਾ, ਇਹ ਫੈਸਲਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਮਿਲ ਕੇ ਲਿਆ ਗਿਆ। ਦੱਸ ਦਈਏ ਕਿ ਰੌਕਸਨ ਰੋਡ ਦਾ ਜ਼ਿਕਰ ਹੋਇਆ, ਜਿਸ ਨੂੰ ਬੰਦ ਕਰਨ ਵਾਸਤੇ ਦੋਹਾਂ ਦੇਸ਼ਾਂ ਦੀ ਆਪਸ ਦੇ ਵਿੱਚ ਡੀਲ ਹੋ ਚੁੱਕੀ ਹੈ। ਇਹ ਵੀ ਕਹਿ ਦਿੱਤਾ ਗਿਆ ਕਿ ਕੈਨੇਡਾ ਵੱਲੋਂ 15,000 ਪਨਾਹਗੀਰਾਂ ਦਾ ਸਵਾਗਤ ਕੀਤਾ ਜਾਵੇਗਾ। ਬਾਰਡਰ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਪਨਾਹਗੀਰਾਂ ਨੂੰ ਬਾਰਡਰ ਤੋਂ ਵਾਪਸ ਭੇਜਣ ਸੰਬੰਧੀ ਕੈਨੇਡਾ ਤੇ ਅਮਰੀਕਾ ਦਰਮਿਆਨ ਨਵੀਂ ਸਹਿਮਤੀ ਹੋ ਗਈ ਹੈ। ਹੁਣ ਦੋਹਾਂ ਦੇਸ਼ਾਂ ਵੱਲੋਂ ਮਿਲ ਕੇ ਫੈਸਲਾ ਲਿਆ ਗਿਆ ਕਿ ਬਾਰਡਰ ਬੰਦ ਕੀਤਾ ਜਾਵੇਗਾ। ਇਸ ਦੌਰਾਨ ਰੌਕਸਮ ਰੋਡ ਦਾ ਜ਼ਿਕਰ ਕੀਤਾ ਗਿਆ, ਜੋ ਬਾਈਡਨ ਦੇ ਕੈਨੇਡਾ ਦੌਰੇ ਦੌਰਾਨ ਹੀ ਇਹ ਨਵਾਂ ਐਲਾਨ ਕੀਤਾ ਗਿਆ ਹੈ। ਜੀ ਹਾਂ, ਕੈਨੇਡਾ ਅਤੇ ਅਮਰੀਕਾ ਦਰਮਿਆਨ ਇੱਕ ਨਵੀਂ ਸਹਿਮਤੀ ਬਣੀ ਹੈ, ਜਿਸ ਤਹਿਤ ਅਮਰੀਕਾ ਤੋਂ ਅਣਅਧਿਕਾਰਤ ਸਰਹੱਦੀ ਲਾਂਘਾ ਜਿਵੇਂ ਕਿ ਰੌਕਸਮ ਰੋਡ ਰਾਹੀਂ ਕੈਨੇਡਾ ਆਉਣ ਵਾਲੇ ਪਨਾਹਗੀਰਾਂ ਨੂੰ ਬਾਰਡਰ ਤੋਂ ਵਾਪਸ ਭੇਜਿਆ ਜਾ ਸਕਦਾ ਹੈ। ਇਹ ਸਮਝੌਤਾ ਪੂਰੀ ਕੈਨੇਡਾ ਅਮਰੀਕਾ ਸਰਹੱਦ 'ਤੇ ਸੇਫ ਥਰਡ ਕੰਟਰੀ ਐਗਰੀਮੈਂਟ ਨੂੰ ਲਾਗੂ ਕਰੇਗਾ। ਨਵੇਂ ਸਮਝੌਤੇ ਵਿੱਚ ਉਸ ਨੁਕਸ ਨੂੰ ਦੂਰ ਕੀਤਾ ਗਿਆ ਹੈ, ਜਿਸ ਤਹਿਤ ਅਮਰੀਕਾ ਤੋਂ ਅਣਅਧਿਕਾਰਤ ਪੋਰਟ ਆਫ ਐਂਟਰੀ ਰਾਹੀਂ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਨੂੰ ਪਨਾਹ ਦੇ ਕਲੇਮ ਲਾਉਣ ਦੀ ਇਜਾਜ਼ਤ ਸੀ। ਸਰਹੱਦ 'ਤੇ ਜੋ ਤਾਇਨਾਤ ਹੋਣਗੇ ਉਹ ਕੈਨੇਡੀਅਨ ਅਧਿਕਾਰੀ ਹੁਣ ਪਨਾਹ ਮੰਗਣ ਵਾਲਿਆਂ ਨੂੰ ਅਮਰੀਕਾ ਵਾਪਸ ਮੋੜਨ ਦੇ ਯੋਗ ਹੋਣਗੇ। ਸਾਲ 2004 ਦੇ ਇਸ ਸੇਫ ਥਰਡ ਕੰਟਰੀ ਐਗਰੀਮੈਂਟ ਅਧੀਨ ਕੈਨੇਡਾ ਅਤੇ US ਨੇ ਇੱਕ ਦੂਸਰੇ ਨੂੰ ਪਨਾਹਗੀਰਾਂ ਵਾਸਤੇ ਸੁਰੱਖਿਅਤ ਐਲਾਨਿਆ ਹੋਇਆ ਅਤੇ ਪਨਾਹ ਮੰਗਣ ਵਾਲੇ ਸ਼ਖਸ ਨੂੰ ਪਹਿਲਾਂ ਪਹੁੰਚੇ ਦੇਸ਼ ਵਿੱਚ ਪਨਾਹ ਦਾ ਕਲੇਮ ਲਗਾਉਣਾ ਜ਼ਰੂਰੀ ਹੁੰਦਾ ਹੈ। ਇਹ ਸਮਝੌਤਾ ਅਮਰੀਕੀ ਅਧਿਕਾਰੀਆਂ ਨੂੰ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਪਨਾਹਗੀਰਾਂ ਨੂੰ ਵਾਪਸ ਮੋੜਨ ਦੀ ਇਜਾਜ਼ਤ ਦਿੰਦਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਪ੍ਰਵਾਸ ਨਾਲ ਨਜਿੱਠਣ ਵਾਸਤੇ ਅਸੀਂ ਸੇਫ ਥਰਡ ਕੰਟਰੀ ਐਗਰੀਮੈਂਟ 'ਤੇ ਵਿਸਤਾਰ ਕਰ ਰਹੇ ਹਾਂ ਤਾਂ ਜੋ ਇਸ ਨੂੰ ਨਾ ਸਿਰਫ਼ ਅਧਿਕਾਰਤ ਪੋਰਟ ਆਫ ਐਂਟਰੀ ਸਗੋਂ ਅੰਦਰੂਨੀ ਜਲ ਮਾਰਗਾਂ ਸਮੇਤ ਪੂਰੀ ਜ਼ਮੀਨੀ ਸਰਹੱਦ 'ਤੇ ਲਾਗੂ ਕੀਤਾ ਜਾਵੇਗਾ ਤਾਂ ਕਿ ਸਾਡੇ ਦੋਹਾਂ ਦੇਸ਼ਾਂ ਵਿਚਕਾਰ ਨਿਰਪੱਖਤਾ ਅਤੇ ਵਧੇਰੇ ਵਿਵਸਥਿਤ ਪ੍ਰਵਾਸ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਤਬਦੀਲੀ ਸ਼ਨੀਵਾਰ ਲਾਗੂ ਹੋ ਜਾਵੇਗੀ। ਦੱਸ ਦਈਏ ਕਿ ਕੈਨੇਡਾ ਇਸ ਸਮਝੌਤੇ ਦੇ ਹਿੱਸੇ ਵਜੋਂ ਅਧਿਕਾਰਤ ਲਾਂਘਿਆਂ ਰਾਹੀਂ 15,000 ਪ੍ਰਵਾਸੀਆਂ ਨੂੰ ਸਵੀਕਾਰ ਕਰਨ ਵਾਸਤੇ ਸਹਿਮਤ ਹੋਇਆ। ਇਹ ਖ਼ਬਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਜੋ ਬਾਈਡਨ ਦੇ ਕੈਨੇਡਾ ਦੇ ਪਹਿਲੇ ਅਧਿਕਾਰਤ ਦੌਰੇ ਦੌਰਾਨ ਆਈ ਹੈ। ਬਾਈਡਨ ਨੇ ਸ਼ੁੱਕਰਵਾਰ ਨੂੰ ਪਾਰਲੀਮੈਂਟ ਦੇ ਜੁਆਇੰਟ ਸੈਸ਼ਨ ਨੂੰ ਆਪਣੇ ਸੰਬੋਧਨ ਵਿੱਚ ਉਕਤ ਤਬਦੀਲੀ ਦਾ ਜ਼ਿਕਰ ਕੀਤਾ। ਉਹਨਾਂ ਵੱਲੋਂ ਇਸ ਮੌਕੇ 'ਤੇ ਕੈਨੇਡਾ ਦਾ ਧੰਨਵਾਦ ਵੀ ਕੀਤਾ ਗਿਆ ਹੈ ਕਿਉਂਕਿ ਉਹਨਾਂ ਵੱਲੋਂ 15,000 ਪ੍ਰਵਾਸੀਆਂ ਨੂੰ ਸਵੀਕਾਰ ਕੀਤਾ ਜਾਵੇਗਾ। ਕੈਨੇਡਾ ਦੀ ਪਾਰਲੀਮੈਂਟ ਵਿੱਚ ਰਾਸ਼ਟਰਪਤੀ ਜੋ ਬਾਈਡਨ ਬੋਲੇ ਨੇ, ਇਸ ਮੌਕੇ ਦੇ ਉੱਪਰ ਉਹਨਾਂ ਵੱਲੋਂ ਕਈ ਚੀਜ਼ਾਂ ਨੂੰ ਲੈ ਕੇ ਆਪਣਾ ਪੱਖ ਰੱਖਿਆ ਗਿਆ, ਖਾਸ ਤੌਰ ਦੇ ਉੱਪਰ ਦੋ ਮਾਈਕਲਸ ਦਾ ਉਹਨਾਂ ਨੇ ਜ਼ਿਕਰ ਕੀਤਾ। ਕੈਨੇਡਾ ਦੀ ਪਾਰਲੀਮੈਂਟ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਬੋਲੇ ਨੇ, ਉਹਨਾਂ ਵੱਲੋਂ ਆਪਣੇ ਕਈ ਮੁੱਦਿਆਂ ਦੇ ਉੱਪਰ ਵਿਚਾਰ ਸਾਂਝੇ ਕੀਤੇ ਗਏ।
इस दौरान उन्होंने वालों दो माइकल्स का मुद्दा भी सदन के चुकया गया ते अपना पक्ष भी इस दे नाल छुड़िया हुआ रखा गया। दस दिए कि राष्ट्रपति जो बाइडन दो दिन के दौरे के उपर कैनेडा आए जिथे उन्होंने वालों पार्लीमेंट को भी संबोधित किया गया। पहला प्रधानमंत्री जस्टिन ट्रूडो ने उन्हों का स्वागत किया। दोहां लीडरां विच कई मुद्दों के उपर गलबात हुई है, खास तौर के उपर बॉर्डर का मुद्दा चर्चा का विशा बनिया हुआ सी। ते हुण दोवें लीडर इस नतीजे उपर पहुंचे ने कि कैनेडा वालों 15,000 पनाहगीरां का स्वागत किया जाएगा ते जो रॉक्सम रोड है उसनू हुण बंद किया जा रहा है। सदन दे विच अमरीका दे राष्ट्रपति ने की कुछ कहा, आओ तुहानू सुनाउंदे हां उन्हां दी ही सुपानी। They're human beings with lives and families that must be respected. And I'm very glad to see the two Michaels. The two Michaels, Michael Starvall and Michael Kovrin. They're safely back to their families. After more than 1,000 days, 1,000 days in detention. If my mother were here, she'd say, God bless you both. Thank you for joining us today. Thank you for having an opportunity to meet you earlier. Chocolate factory vich vadda tamaka hoya jithe 5 chaunya di maut ho gayi te 6 zakhmi dasse ja rahe ne. 6 vich kuch ajehe vi han jinna nu halkiyan satta aiyan. Ek ghatna Pennsylvania de naal judi hui hai. Ek chocolate factory vich zabardast tamaka hoya jithe 5 lokan di jaan chali gayi te 6 lapata dasse ja rahe ne. ਇਹ ਘਟਨਾ ਅਮਰੀਕਾ ਦੇ ਪੈਨਸਲਵੇਨੀਆ ਦੇ ਨਾਲ ਜੁੜੀ ਹੋਈ ਹੈ ਜਿੱਥੇ ਸ਼ਾਮ ਵੇਲੇ ਚਾਕਲੇਟ ਫੈਕਟਰੀ ਦੇ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਦੌਰਾਨ 8 ਲੋਕਾਂ ਦੀ ਜਾਨ ਚਲੀ ਗਈ ਤੇ 6 ਲਾਪਤਾ ਦੱਸੇ ਜਾ ਰਹੇ ਨੇ। ਹੁਣ ਤੱਕ ਇਸ ਮਾਮਲੇ ਦੇ ਸੰਬੰਧ ਵਿੱਚ ਅਧਿਕਾਰੀਆਂ ਵੱਲੋਂ ਅਪਡੇਟ ਜਾਰੀ ਕੀਤੀ ਗਈ ਹੈ ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸ਼ਾਮ 5 ਵਜੇ ਤੋਂ ਠੀਕ ਪਹਿਲਾਂ ਪੈਨਸਲਵੇਨੀਆ ਦੀ ਇਸ ਚਾਕਲੇਟ ਫੈਕਟਰੀ ਦੇ ਵਿੱਚ ਅੱਗ ਲੱਗੀ। ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਧੇ ਦੀ ਵੀ ਪੁਸ਼ਟੀ ਕੀਤੀ ਜਾ ਰਹੀ ਹੈ। ਪੁਲਿਸ ਵਿਭਾਗ ਵੱਲੋਂ ਦੱਸਿਆ ਗਿਆ ਕਿ ਵੈਸਟ ਰੀਡਿੰਗ ਦੇ RJM ਪਾਵਰ ਕਾਰਪੋਰੇਸ਼ਨ ਪਲਾਂਟ ਦੇ ਵਿੱਚ ਹੋਈ ਧਮਾਕੇ ਵਿੱਚ ਇੱਕ ਇਮਾਰਤ ਨੂੰ ਨੁਕਸਾਨ ਪਹੁੰਚਿਆ ਤੇ ਨਾਲ ਲੱਗੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ। ਧਮਾਕੇ ਵਾਲੀ ਥਾਂ ਦਾ ਦੌਰਾ ਕਰਨ ਵਾਲੀ ਮੇਅਰ ਨੇ ਕਿਹਾ ਕਿ ਬਹੁਤ ਨੁਕਸਾਨ ਹੋ ਗਿਆ। ਉਹਨਾਂ ਦਾ ਕਹਿਣਾ ਹੈ ਕਿ ਫਿਲਾਡੈਲਫੀਆ ਤੋਂ 96 ਕਿਲੋਮੀਟਰ ਉੱਤਰ ਪੱਛਮ ਵਿੱਚ ਹੋਏ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 2 ਲੋਕ ਮਾਮੂਲੀ ਜ਼ਖਮੀ ਹੋਏ ਨੇ ਤੇ 5 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਵਿੱਚੋਂ ਕੁਝ ਨੂੰ ਛੁੱਟੀ ਮਿਲ ਗਈ ਹੈ। ਫਿਲਹਾਲ ਪੀੜਤਾਂ ਦੇ ਬਾਰੇ ਕੋਈ ਬਹੁਤੀ ਅਪਡੇਟ ਜਨਤਕ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਜਾਰੀ ਹੈ ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਰਾਸ਼ਟਰਪਤੀ ਜੋ ਬਾਈਡਨ ਦੇ ਕੈਨੇਡਾ ਦੌਰੇ ਨੂੰ ਲੈ ਕੇ ਕੈਨੇਡਾ ਦੀ ਵਿਰੋਧੀ ਧਿਰ ਦੇ ਨੇਤਾ ਬੋਲੇ ਨੇ, ਉਹਨਾਂ ਵੱਲੋਂ ਡਿਨਰ ਤੋਂ ਬਾਅਦ ਇਸ ਬਾਰੇ ਆਪਣਾ ਪੱਖ ਰੱਖਿਆ ਗਿਆ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਕੈਨੇਡਾ ਦੇ 2 ਦਿਨਾਂ ਦੇ ਦੌਰੇ ਤੇ ਆਏ ਤਾਂ ਇਸ ਮੌਕੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਜੋ ਬਾਈਡਨ ਵਾਸਤੇ ਜੋ ਡਿਨਰ ਰੱਖਿਆ ਗਿਆ ਸੀ ਉਸ ਤੋਂ ਬਾਅਦ ਪੀਅਰ ਪੋਲੀਏਵ ਗੱਲ ਕਰਦੇ ਹੋਏ ਦਿਖਾਈ ਦਿੱਤੇ ਨੇ। ਪੱਤਰਕਾਰਾਂ ਨੂੰ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Just that the PMO sent the invite to a dead email address and didn't bother to contact my office. So then they lied and said that I had refused the invitation. Obviously I couldn't refuse something I hadn't received. All right, so what's your importance here that you take away from President Biden's address to the House of Commons? Well, he wants an integrated North American economy that can produce and stand on its own 2 feet. We can't be reliant on foreign dictatorships to do it for us. We need to bring home our jobs, bring home our industries, and bring home our money. Unfortunately, Trudeau didn't bring home results. We still have tariffs on softwood lumber, something Harper had resolved in 90 days. We still have Buy America policy, something that previous conservative government had managed to get us exempted from. So I'm disappointed that he didn't deliver on those things, but I'm going to keep fighting to bring home results for Canadians on those issues and others. What about the Safe Third Country Agreement being extended across the entire U.S.-Canadian border? Do you think that this will close border crossings like Roxham Road? Yes, although Roxham Road never should have been opened in the first place. I think that we should have legal immigration that's swift and responsive to refugees, family reunification, and economic immigration. Trudeau opened Roxham Road, caused a massive crisis, cost hundreds of millions of dollars, and caused major problems for those applying legally. Thankfully, the
that damage appears to be coming to an end, but we'll make sure Mr. Carver, it doesn't continue. Sorry about that. All right. Can I just ask one last question? There's a 14-day thing on the agreement for the Safe Third Country Agreement. There's a concern from some that might actually still provide an incentive for people to sneak across the border and then try and hide out for like 2 weeks. Do you think that this is another oversight in what is now a newly agreed upon a change to this agreement? It wouldn't surprise me. I haven't had a chance to see the revised proposal, but we're strongly in favor of lawful immigration. We need immigrants, but it has to happen lawfully, and we're going to make sure that we put an end to the mess that Trudeau made at Roxham Road. Thanks very much. ਇਸ ਤਰ੍ਹਾਂ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਅਮਰੀਕਾ ਤੋਂ ਖਾਸ ਸਾਹਮਣੇ ਆਈਆਂ, ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਦਿਲਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ।